ਜੀ ਬਾਗਰੂ ਬਾਗਰੂ ਨੀ ਨਿੱਤੂ ਸਾਈਕਲ ਵਰਕ ਸੀ ਇੱਥੇ ਪੁਰਾਣੇ ਸਾਈਕਲ ਰਿਪੇਅਰ ਕੀਤੇ ਜਾਂਦੇ ਨੇ ਜੀ ਇੱਥੇ ਰਿਸ਼ਤੇ ਕਰਵਾਏ ਜਾਂਦੇ ਨੇ ਜੀ ਲੈ ਮੈਂ ਕੁਝ ਗੋਹਾਈ ਗੱਲਾਂ ਹੈਗੀ ਅੱਜ ਕੱਲ੍ਹ ਤਾਂ ਭਾਈਓ ਇਹ ਜਮੁਨੇ ਹੋ ਕਿਹੜਾ ਗਿਆ ਹੈ ਭੋਰਾ ਭਰਾ ਜਵਾਕ ਹੈ ਭਰਾ ਭਰਾ ਨਹੀਂ ਦੇਖ ਲੈ ਕਿੱਡੀਆਂ ਕਿੱਡੀਆਂ ਗੱਲਾਂ ਕਰਦੇ ਆ ਫਿਰ ਹੈ ਲੈ ਪੇਚ ਕੈਸੀ ਆ ਕੇ ਕਿਵੇਂ ਲੱਗਿਆ ਨੀ ਸਾਈਕਲ ਦੇ ਮਾਰ ਨੀ ਨੱਥੀ ਲੈ ਲਿਆ ਲਿਆ ਪਾਣੀ ਪੁਆ ਕੇ ਖੋਟਾ ਨਾਟਾ ਦੇਖ ਲਾ ਸਿਆਣੀ ਬਹਿਣ ਨੂੰ ਪਤਾ ਹੁੰਦਾ ਗੱਲਾਂ ਕਿਹੜੀਆਂ ਨੂੰ ਪਤਾ ਨਹੀਂ ਹੈ ਕਿਵੇਂ ਪੜਨਾ ਬੰਨਿਆ ਦੇਖ ਲੈ ਕੀ ਆਬੀ ਲਾਉਂਦਾ ਨੀਟ ਨੂੰ ਹੈ ਲਿਆ ਲਿਆ ਨੀ ਪੁਆ ਗਰੀ ਗਾਂ ਗੱਲਾਂ ਨੀ ਲਿਆ ਨੀ ਪਹਿਲਾਂ ਕਰ ਜਵਾਕ ਕਰ ਵੇਂਦਾ ਪੋਤੇ ਹਿੰਦੇ ਸੀਗੇ ਹਾਏ ਫਿਰ ਤੇ ਜਵਾਕ ਖੇਡਦੇ ਫਿਰਦੇ ਹੁੰਦੇ ਜੀ ਵੀ ਹੀ ਡੱਕੀ ਅੱਜ ਚੇਰ ਨਹੀਂ ਜਵਾਕ ਕਰ ਹਿੰਦੇ ਹੈ ਲੈ ਮੈਂ ਵੀ ਪਤਾ ਨਹੀਂ ਕਿਹਾ ਵੀ ਪੌਨਾ ਚੱਕ ਲਿਆ ਵੀ ਪੌਨੀਆਂ ਨਾਲ ਖੋਲਣੀ ਹੁੰਦੀ ਹੈ ਓਹੋ ਭਾਈ ਹੁਣ ਨਹੀਂ ਕੁਛ ਕਹਿ ਸਕਦੇ ਆਪਾਂ ਕੀ ਕਹਿ ਸਕਦੇ ਹਾਂ ਲਿਆ ਕੋਈ ਪੰਪ ਰੱਖਿਆ ਸਾਈਕਲੀਆਂ ਦਾ ਢੇਰ ਲਾਈ ਖੜਾ ਵੱਡਾ ਸਾਈਕਲ ਖੜਾ ਇੱਕ ਹਾਂ ਲਿਆ ਨੱਥੀ ਸਾਈਕਲ ਵਰਕਸ ਮੈਂ ਤਾਂ ਅੱਜ ਪੱਕਾ ਪੈਂਚਰ ਪੋਚ ਕੇ ਲਵਾਉਣੇਗਾ ਲੱਸਣ ਤਰੇ ਅੱਜ ਨੂੰ ਹੈ ਫਿਰ ਲੈ ਹੱਥ ਕਾਲੇ ਕਰ ਦੀ ਵਿੱਚ ਪਾਣੀ ਨਾਲ ਮੂੰਹ ਤੇ ਪਾਣੀ ਲਈ ਜਾਂਦਾ ਓਹੋ ਅੱਗੇ ਜਵਾਕ ਕਰੇ ਕਿ ਆਪਣਾ ਨਹੀਂ ਖੇਡੀ ਜਾਂਦੇ ਹੁੰਦੇ ਸੀ ਉੱਡਰ ਜਵਾਕ ਨਹੀਂ ਜੋਟਾ ਹੀ ਸਿਆਲ ਦਾ ਲੈ ਮੂੰਹ ਪੂਈ ਦਾ ਸਿਆਣੇ ਬੰਦਿਆਂ ਨੇ ਗੱਲਾਂ ਕਰਦੇ ਸ਼ੇਰਨੀਆਂ ਹੈ ਨੀ ਪਤਾ ਨਹੀਂ ਕਿਵੇਂ ਸ਼ੇਖ ਦੀਆਂ ਗੱਲਾਂ ਹੈ ਹਾਂ ਇਹ ਹੀ ਦੇਖ ਲਈ ਮੈਂ ਬੀਹਾਂ ਦਿਨ ਹੁਣੇ ਨਹੀਂ ਆਈਲੈਟਸ ਕਰਕੇ ਜਾ ਚੜ ਜਾਣਾ ਇੱਥੇ ਹੈ ਕੌਣ ਜਿਹੜਾ ਪੰਜਾਬ 'ਚ ਹੈ ਫਿਰ ਆਪਣਾ ਜਵਾਕ ਦੇਖ ਇੰਨੇ ਗਾਹਾਂ ਨਹੀਂਗੇ ਕੀ ਕਹਿੰਦੇ ਉਹਨੂੰ ਆਪਣਾ ਐਡਵਾਂਸ ਹੋ ਗਿਆ ਹਾਂ ਚੱਲ ਚੰਗਾ ਭਾਈ ਆਪਾਂ ਕੀ ਲੜਾਈ ਨਾ ਗੱਲਾਂ ਤੇ ਹੈ ਆਪਾਂ ਕੀ ਕੁਛ ਕਰੇ ਕਿਸੇ ਜਵਾਕ ਹੈ ਆਪਾਂ ਨਹੀਂ ਕਿਸੇ ਨੇ ਆਪਣੀ ਕਿਸੇ ਗੱਲ ਕਰੀ ਆਦ ਚਿੜੀ ਹੋਈ ਨਾ ਆਪਣੀ ਡੋਲਿਆ ਭਾਈ ਭਾਗਰੂ ਭਾਗਰੂ ਭਾਗਰੂ